ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ ਚੈਨਲ ਫਾਰਮਰ ਕਿੰਗ ਦੇ ਵਿੱਚ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਜੋ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਆਪਣੇ ਖੇਤੀਬਾੜੀ ਦੇ ਕਿਸੇ ਵੀ ਸੰਦ ਜਿਵੇਂ ਟਰੈਕਟਰ ਟਰਾਲੀ ਹਲ ਤਵੀਆਂ ਕਾਰ ਜੀਪ ਜਾਂ ਖੇਤੀ ਦੀ ਕਿਸੇ ਵੀ ਹੋਰ ਮਸ਼ੀਨਰੀ ਦੀ ਐਡ ਆਪਣੇ ਚੈਨਲ ਤੇ ਲਗਵਾਉਣ ਲਈ ਉਸ ਦੀਆਂ 4-5 ਫੋਟੋਆਂ ਤੇ ਨਾਲ ਹੀ ਲੋੜੀ ਦੀ ਜਾਣਕਾਰੀ ਜਿਵੇਂ ਰੇਟ, ਏਰੀਆ, ਮਾਡਲ, ਟਾਇਰ ਕਿੰਨੇ ਪੈਸੇ ਹੈ ਇਹ ਸਾਰੀ ਜਾਣਕਾਰੀ ਇਸ ਨੰਬਰ ਤੇ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਬਿਲਕੁਲ ਫ੍ਰੀ ਚ ਐਡ ਲਾਈ ਜਾਵੇਗੀ ਕੋਈ ਕਮਿਸ਼ਨ ਨਹੀਂ ਅੱਜ ਆਪਾਂ ਸੇਲ ਵਿੱਚ ਚਾਰ ਚੀਜ਼ਾਂ ਲੈ ਕੇ ਆਏ ਆਂ ਮਹਿੰਦਰਾ 585 ਡੀਆਈ ਟਰੈਕਟਰ ਹੈ ਮਹਿੰਦਰਾ ਸਕਾਰਪਿਓ ਐਸ 6 ਪਲੱਸ ਗੱਡੀ ਹੈ ਬਲਕਾਰ ਟਰੈਕਟਰ ਵਾਲੀ ਕੰਬਾਈਨ ਹੈ ਮਟਰ ਬੀਜਣ ਵਾਲੀ ਮਸ਼ੀਨ ਹੈ ਹੁਣ ਤੁਹਾਨੂੰ ਮਹਿੰਦਰਾ 585 DI ਟਰੈਕਟਰ ਦਿਖਾ ਰਹੇ ਹਾਂ ਇਹ ਟਰੈਕਟਰ 1998 ਮਾਡਲ ਹੈ A ਕਲਾਸ ਕੰਡੀਸ਼ਨ ਵਿੱਚ ਟਰੈਕਟਰ ਖੜਾ ਹੈ ਆਲ オリジナル ਟਰੈਕਟਰ ਹੈ ਵਧੀਆ ਹਾਲਤ ਵਿੱਚ ਟਰੈਕਟਰ ਦਾ ਰੰਗ ਪੇਂਟ ਪਿਆ ਹੈ ਮਾਡਲ ਦੇ ਹਿਸਾਬ ਨਾਲ ਟਰੈਕਟਰ ਤੋਂ ਥੋੜਾ ਬਹੁਤਾ ਰੰਗ ਲਿਹਾ ਜ਼ਰੂਰ ਹੈ ਪਰ ਟਰੈਕਟਰ ਦੇ ਕਿਸੇ ਵੀ ਪਾਰਟ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ ਇਹ ਟਰੈਕਟਰ ਡਬਲ ਕਲੱਚ ਸਿੰਪਲ ਸਟੀਅਰਿੰਗ ਸਿੰਪਲ ਬ੍ਰੇਕ ਸੈਂਟਰ ਗੇਅਰ ਦੇ ਨਾਲ ਹੈ ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਹੈ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਤੇ ਨਾ ਹੀ ਕਿਤੇ ਕੋਈ ਲੀਕਿੰਗ ਵਗੈਰਾ ਹੈ ਸਾਫ਼ ਹਾਲਤ ਵਿੱਚ ਟਰੈਕਟਰ ਖੜਾ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਆ ਟਰੈਕਟਰ ਦੇ ਚਾਰੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਐ ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਹੈ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਫੁੱਲ ਗਾਰੰਟੀ ਹੈ ਤੁਸੀਂ ਟਰੈਕਟਰ ਨੂੰ ਖਰੀਦਣ ਸਮੇ ਟਰੈਕਟਰ ਨੂੰ ਬਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇਹ ਟਰੈਕਟਰ ਦਾ ਸਰਹੰਦ ਏਰੀਆ ਹੈ ਜਿੱਥੇ ਇਹ ਟਰੈਕਟਰ ਖੜਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 2 ਲੱਖ ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਉਸਦੇ ਡਾਕੂਮੈਂਟਸ ਜ਼ਰੂਰ ਚੈੱਕ ਕਰੋ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਆ ਸਕੇ ਜਿਹੜੇ ਵੀਰ ਮਸ਼ੀਨਰੀ ਦੀ ਐਡ ਲਵਾਉਣ ਲਈ ਫੋਟੋਆਂ ਭੇਜਦੇ ਐ ਉਹ ਆਪਣੀ ਮਸ਼ੀਨਰੀ ਦਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਦੱਸਿਆ ਕਰਨਾ ਉਹਨਾਂ ਕੀ ਰੇਟ ਦੱਸਿਆ ਕਰਨਾ ਜਿੰਨੇ ਇੱਕ ਦੀ ਮਸ਼ੀਨਰੀ ਹੋਵੇ ਬਹੁਤ ਜ਼ਿਆਦਾ ਵੀਰਾਂ ਦੀ ਕੰਪਲੀਟ ਆਉਂਦੀ ਹੈ ਮੈਸੇਜ ਆਉਂਦੇ ਐ ਕਿ ਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦੱਸੀ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋਈ ਜਾਂਦੀ ਹੈ ਇਸ ਕਰਕੇ ਜੇਕਰ ਕੋਈ ਵੀਰ ਮਸ਼ੀਨਰੀ ਖਰੀਦਣ ਦਾ ਚਾਹਵਾਨ ਹੁੰਦਾ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਕੇ ਮਸ਼ੀਨਰੀ ਖਰੀਦ ਸਕਦਾ ਹੈ ਹੁਣ ਤੁਹਾਨੂੰ ਮਹਿੰਦਰਾ ਸਕਾਰਪਿਓ ਐਸਐਸ 6+ ਗੱਡੀ ਦਿਖਾ ਰਹੇ ਹਾਂ ਇਹ ਗੱਡੀ 2016 ਮਾਡਲ ਹੈ ਏ ਕਲਾਸ ਕੰਡੀਸ਼ਨ ਵਿੱਚ ਗੱਡੀ ਖੜੀ ਹੈ ਆਲ オリジナル ਗੱਡੀ ਹੈ ਵਧੀਆ ਹਾਲਤ ਵਿੱਚ ਗੱਡੀ ਦਾ ਰੰਗ ਪੇਂਟ ਪਿਆ ਹੈ ਗੱਡੀ ਦੇ ਕਿਤੇ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਨਾਨ ਐਕਸੀਡੈਂਟ ਗੱਡੀ ਹੈ ਇਹ ਗੱਡੀ ਪਾਵਰ ਸਟੀering ਪਾਵਰ ਬ੍ਰੇਕ ਪਾਵਰ ਵਿੰਡੋ ਦੇ ਨਾਲ ਹੈ ਗੱਡੀ ਦਾ ਪੰਜਾਬ ਦਾ ਪੀਵੀ 46 ਤਰਨਤਾਰਨ ਦਾ ਨੰਬਰ ਹੈ ਗੱਡੀ ਦੇ ਸਾਰੇ ਫਿਊਚਰ ਵਰਕਿੰਗ ਵਿੱਚ ਹੈ ਗੱਡੀ ਦਾ ਏਸੀ ਹੀਟਰ ਵਧੀਆ ਹਾਲਤ ਵਿੱਚ ਚੱਲਦਾ ਹੈ ਗੱਡੀ ਦੀ ਸਾਰੀ ਐਕਸੈਸਰੀ ਏ ਕਲਾਸ ਕੰਡੀਸ਼ਨ ਵਿੱਚ ਹੈ ਗੱਡੀ ਦੇ ਵਧੀਆ ਸਾਫ਼ ਹਾਲਤ ਵਿੱਚ ਮੈਟ ਤੇ ਸੀਟ ਕਵਰ ਲੱਗੇ ਹੋਏ ਹੈ 58000 ਕਿਲੋਮੀਟਰ オリジナル ਚੱਲੀ ਹੋਈ ਗੱਡੀ ਹੈ ਗੱਡੀ ਦੇ ਅਲਾਈ ਵੀ ਲੱਗੇ ਹੋਏ ਹੈ ਗੱਡੀ ਦੇ ਟਾਇਰਾਂ ਦੀ ਕੰਡੀਸ਼ਨ ਗੱਡੀ ਦੇ ਚਾਰੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਹੈ ਏ ਕਲਾਸ ਕੰਡੀਸ਼ਨ ਵਿੱਚ ਗੱਡੀ ਚੱਲਦੀ ਹੈ ਮਾਲਕ ਵੀਰਾਂ ਵੱਲੋਂ ਗੱਡੀ ਦੀ ਫੁੱਲ ਗਾਰੰਟੀ ਹੈ ਤੁਸੀਂ ਗੱਡੀ ਨੂੰ ਖਰੀਦਣ ਸਮੇ ਗੱਡੀ ਨੂੰ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ ਇਹ ਗੱਡੀ ਦਾ ਤਹਿਸੀਲ ਜਨਾਲਾ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਏਰੀਆ ਜਿੱਥੇ ਇਹ ਗੱਡੀ ਖੜੀ ਹੈ ਮਾਲਕ ਵੀਰਾਂ ਵੱਲੋਂ ਗੱਡੀ ਦੀ ਡਿਮਾਂਡ ਰੱਖੀ ਗਈ ਹੈ 11 ਲੱਖ ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਇਹ ਗੱਡੀ ਨੂੰ ਖਰੀਦ ਸਕਦੇ ਹਾਂ ਜਿਹੜੇ ਵੀ ਰ ਮਸ਼ੀਨਰੀ ਦੀ ਐਡ ਲਗਾਉਣ ਲਈ ਫੋਟੋਆਂ ਭੇਜਦੇ ਆ ਉਹ ਆਪਣੇ ਫੋਨ ਨੂੰ ਟੇਡਾ ਕਰਕੇ ਮਸ਼ੀਨਰੀ ਦੇ ਚਾਰੇ ਸਾਈਡ ਤੋਂ ਮਸ਼ੀਨਰੀ ਦੀਆਂ 4 ਤੋਂ 5 ਫੋਟੋਆਂ ਖਿੱਚ ਕੇ ਭੇਜਿਆ ਕਰਨਾ ਤਾਂ ਕਿ ਤੁਹਾਡੀ ਮਸ਼ੀਨਰੀ ਦੀ ਐਡ ਸਹੀ ਢੰਗ ਨਾਲ ਲੱਗ ਸਕੇ ਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ ਹੁਣ ਤੁਹਾਨੂੰ ਬਲਕਾਰ 54 ਇੰਚੀ ਟਰੈਕਟਰ ਵਾਲੀ ਕੰਬਾਈਨ ਦਿਖਾ ਰਹੇ ਹਾਂ ਇਹ ਕੰਬਾਈਨ 2012 ਮਾਡਲ ਹੈ A ਕਲਾਸ ਕੰਡੀਸ਼ਨ ਵਿੱਚ ਕੰਬਾਈਨ ਖੜੀ ਹੈ ਆਲ ओरिजिनल ਕੰਬਾਈਨ ਹੈ ਵਧੀਆ ਹਾਲਤ ਵਿੱਚ ਕੰਬਾਈਨ ਦਾ ਰੰਗ ਪੇਂਟ ਪਿਆ ਹੈ ਕੰਬਾਈਨ ਦੇ ਕਿਸੇ ਵੀ ਪਾਰਟ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ 14 ਫੁੱਟ ਕਟਰ ਵਾਲੀ ਕੰਬਾਈਨ ਹੈ ਵਧੀਆ ਹਾਲਤ ਵਿੱਚ ਕੰਬਾਈਨ ਚੱਲਦੀ ਹੈ ਮਾਲਕ ਵੀਰਾਂ ਵੱਲੋਂ ਕੰਬਾਈਨ ਦੀ ਫੁੱਲ ਗਾਰੰਟੀ ਹੈ ਤੁਸੀਂ ਕੰਬਾਈਨ ਨੂੰ ਖਰੀਦਣ ਸਮੇ ਕੰਬਾਈਨ ਨੂੰ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਕੰਬਾਈਨ ਦਾ ਪੈਂਡ ਚਹਾਣ ਕੇ ਕਲਾ ਜ਼ਿਲ੍ਹਾ ਬਰਨਾਲਾ ਏਰੀਆ ਜਿੱਥੇ ਇਹ ਕੰਬਾਈਨ ਖੜੀ ਹੈ ਮਾਲਕ ਵੀਰਾਂ ਵੱਲੋਂ ਕੰਬਾਈਨ ਦੀ ਡਿਮਾਂਡ ਰੱਖੀ ਗਈ ਹੈ 5,75,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਕੰਬਾਈਨ ਨੂੰ ਖਰੀਦ ਸਕਦੇ ਹੋ ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਇੱਕ ਵਾਰ ਆਪਣੀ ਤਸੱਲੀ ਜ਼ਰੂਰ ਕਰੋ ਹੁਣ ਤੁਹਾਨੂੰ ਮਟਰ ਬੀਜਣ ਵਾਲੀ ਮਸ਼ੀਨ ਦਿਖਾ ਰਹੇ ਹਾਂ ਇਹ ਮਸ਼ੀਨ ਦਾ ਪਿੰਡ ਮਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਏਰੀਆ ਜਿੱਥੇ ਮਸ਼ੀਨ ਖੜੀ ਹੈ ਮਾਲਕ ਵੀਰਾਂ ਵੱਲੋਂ ਮਸ਼ੀਨ ਦੀ ਡਿਮਾਂਡ ਰੱਖੀ ਗਈ ਹੈ 35000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਮਸ਼ੀਨ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਇਸ ਨਾਲ ਤੁਹਾਨੂੰ ਖੇਤੀਬਾੜੀ ਦੇ ਸੰਧ ਖਰੀਦਣ ਜਾਂ ਵੇਚਣ ਵਿੱਚ ਸਹਾਨੀ ਮਿਲ ਸਕਦੀ ਹੈ ਥੈਂਕ ਯੂ